ਸਾਡੀ ਟੈਂਸ਼ਨ ਨਾ ਲਓ, ਸਿਰਫ ਅਸੀਂ ਇੱਕ ਬੋਰਡਰ ਕ੍ਰੋਸ ਕਰ ਲੈਣਾ, ਅਸੀਂ ਤੋਂ 11 ਕਿਲੋਮੀਟਰ ਦੂਰ ਹਾਂ, ਠੀਕ ਆ। ਜੇ ਅਸੀਂ ਉਹ ਬੋਰਡਰ ਕ੍ਰੋਸ ਕਰ ਲਿਆ ਨਾ, ਸਾਡੀ ਇੱਕ ਟੈਕਸੀ ਫਲੋਟਿੰਗ ਵਾਪਸ ਆ ਜਾਣਾ, ਡਿਪੋਰਟ ਹੋਏਗੇ, ਠੀਕ ਆ। बर्फ दे विचों 2 किलोमीटर दा सहित 100 किलोमीटर तो बाद चलाता है। ओदे बाद फिर बोलते कि 4 दिन हो गए कि रोटी पानी दी सानू। फिर उस तो बाद कारवाई अपनी शुरू करती है। ਹੁਣ ਕਿੱਥੇ ਹੈ, ਕਿੱਥੇ ਹੈ ਬੇਟਾ? ਬੈਲਾਰੂਸ। ਬੈਲਾਰੂਸ? ਹਾਂ, ਉਹ ਅੱਗੇ ਪਜਾਏ ਨੇ, ਜੰਗਲ ਵਿੱਚ ਛੱਡਦੇ ਹੋ। ਭਗਵਾਨ ਨੇ ਮੇਰੇ ਵਾਸਤੇ ਉਹ ਬੰਦਾ ਜਿਹੜਾ ਮੇਰੇ ਬੱਚੇ ਹੀ ਘਰ ਪੁਜਾਏ। ਹੇ ਭਗਵਾਨ, ਮੈਂ ਕਦੀ ਨਹੀਂ ਬੁਲਾਵਾ ਉਸ ਬੰਦੇ ਕੀ ਜਿਹੜਾ ਮੇਰੇ ਬੱਚੇ ਹੀ ਘਰ ਲਿਆਏ ਕੁੱਤੇ। 5 ਦਿਨ ਹੋਏ ਜਿਹੜਾ ਭੁੱਖੇ ਤਰੇ ਆ, ਬਰਫ ਚ ਚਲਾਈ ਆ ਦੇ ਜੰਗਲੇ ਚ ਸੁੱਟੀ ਤਦਾ ਸਾ ਕਿ ਨਹੀਂ, ਕੋਈ ਪਤਾ ਤਾਂ ਨਹੀਂ, ਕੋਈ ਸਦਾ ਲੱਗਾ ਲਾਤੇ ਕੰਨਿਆਂ ਕੇ ਪੇ ਜਿੱਤ ਦਾ ਅੱਗੇ। ਉਸ ਤੋਂ ਬਾਅਦ ਚ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਕਿਰਪਿਆ ਇੱਕ ਨੰਬਰ ਚ ਲੈਣੇ ਆ ਬੱਚਿਆਂ, ਇਹੀ ਬੋਲਿਆ ਇੱਕ ਨੰਬਰ ਚ ਲੈਣੇ ਆ। ਜੈਸਾ ਕਿ ਪਤਾ ਹੁੰਦਾ ਇਹਨਾਂ ਨੇ ਇੰਨਾ ਕਰਨਾ, ਅਸੀਂ ਘਰੋਂ ਨਹੀਂ ਭੇਜਦੇ ਬੱਚਿਆਂ ਕੀ ਆ, ਅਸੀਂ ਘਰੋਂ ਨਹੀਂ ਭੇਜਦੇ ਸਕੀ। ਮੇਰਾ ਬੇਟਾ ਵੀ ਉਦੋਂ ਨਾਲ ਸੀਗਾ, ਇਹ ਥੋੜ੍ਹੇ ਅੱਗੇ ਪਿੱਛੇ ਚੱਲ ਰਹੇ ਸੀ ਕਿਉਂਕਿ ਬਰਫ਼ ਦਾ ਟਾਈਮ ਸੀ ਉੱਥੇ ਬੈਲਾਰੂਸ ਜੰਗਲ ਦੇ ਵਿੱਚ। ਅਤੇ ਇਹ ਫਿਰ ਅੱਗੇ ਪਿੱਛੇ ਤੁਰਦੇ, ਮਤਲਬ ਜਦੋਂ ਆਰਮੀ 'ਚ ਕੈਂਪ 'ਚ ਜਾਂਦੇ ਸੀ, ਖਾਣ ਨੂੰ ਕੁਛ ਮਿਲਦਾ ਹੀ ਨਹੀਂ ਜੰਗਲਾਂ ਦੇ ਵਿੱਚ, ਭੁੱਖੇ ਭਾਣੇ ਆਰਮੀ ਕੋਲ ਜਾਂਦੇ ਸੀ ਵੀ ਕੁਛ ਸਾਨੂੰ ਮਿਲ ਜਾਵੇ ਖਾਣ ਵਾਸਤੇ, ਕੁਛ ਕੋਈ ਬ੍ਰੈਡ ਬਰੂ ਦਿੰਦੇ ਸੀ ਉਹ ਫਿਰ ਰਾਤ ਨੂੰ ਦੁਬਾਰਾ ਜੰਗਲਾਂ ਦੇ ਵਿੱਚ ਛੱਡ ਦਿੰਦੇ ਸੀ। 1-2 ਵਾਰ ਇਸ ਤਰ੍ਹਾਂ ਹੁੰਦਾ ਰਿਹਾ, ਫਿਰ ਇੱਕ ਦਿਨ ਲਾਸਟ ਕਿਤੇ ਦੁਬਾਰਾ ਚੁੱਕ ਕੇ ਜੰਗਲ 'ਚ ਛੁੱਟਤਾ, ਅਤੇ ਜੰਗਲ ਦੇ ਵਿੱਚ ਉਹ ਬੱਚਾ ਕਿਤੇ ਪਿੱਛੇ ਰਹਿ ਗਿਆ, ਉਹਦੇ ਕੋਲ ਤੁਰਿਆ ਨਹੀਂ ਗਿਆ, ਪਤਾ ਨਹੀਂ ਇਹੋ ਜੋ ਮੈਨੂੰ ਉਹਨੇ ਉਹਨੇ ਦੱਸਿਆ, ਵਿਕਰਮ ਨੇ, ਵਿਕਰਮ ਤਿਬੜੀ ਵਾਲਾ ਜਿਹੜਾ, ਉਹਨੇ ਮੈਨੂੰ ਦੱਸਿਆ ਉਹਨਾਂ ਦੇ ਅਸੀਂ ਘਰ ਗਏ ਸੀ, ਤਾਂ ਫਿਰ ਪਿੱਛੇ ਰਹਿ ਗਿਆ ਬੱਚਾ ਕਿਤੇ, ਉਹਦਾ ਕੋਈ ਪਤਾ ਨਹੀਂ। ਮੇਰਾ ਬੇਟਾ ਜਿਹੜਾ ਆ ਉਹ ਇਸ ਵੇਲੇ ਆਪਣਾ ਲਤੀਬੀਆ ਕੈਂਪ ਦੇ ਵਿੱਚ ਕਸਟੱਡੀ ਦੇ ਵਿੱਚ, ਉੱਥੇ ਉਹਦੇ ਪੈਰ ਖਰਾਬ ਹੋ ਗਏ ਸੀ, ਉਹਨਾਂ ਆਰਮੀ ਵਾਲਿਆਂ ਨੇ ਚੁੱਕ ਕੇ ਉਹਨੂੰ ਹੋਸਪਿਟਲ ਦੇ ਵਿੱਚ ਐਡਮਿਟ ਕਰਵਾਇਆ। ਮੈਂ ਕਿਹਾ ਮੈਂ ਨਹੀਂ ਭੇਜਣਾ, ਨਾ ਮੈਂ ਪੈਸਾ ਦੇਣਾ, ਲੇਕਿਨ ਉਹ ਪਤਾ ਨਹੀਂ ਉਹਨਾਂ ਏਜੰਟਾਂ ਨੇ ਕੀ ਇਹਨਾਂ ਨੂੰ ਜਾਂ ਖਿਲਾਇਆ ਸੀ ਜਾਂ ਕੋਈ ਚੀਜ਼ ਦਿੱਤੀ ਸੀ, ਉਹ ਇਹਨਾਂ ਦੇ ਐਸੇ ਪੈਰ ਚੁੱਕਦੇ ਸੀ ਉਹਨਾਂ ਨੇ, ਬੱਚੇ ਮੰਨਦੇ ਨਹੀਂ ਸੀ, ਐ ਕਰੋ ਲੜਾਈ ਕਰਦੇ ਸੀ, ਕਹਿੰਦੇ ਅਸੀਂ ਜਾਣਾ ਹੀ ਜਾਣਾ, ਸਾਨੂੰ ਪੈਸੇ ਦਿਓ, ਸਾਨੂੰ ਮਜਬੂਰ ਹੋ ਕੇ ਫਿਰ ਮਤਲਬ ਦੀ ਉਹਨਾਂ ਨੂੰ ਪੈਸਾ ਦੇਣੇ ਪਿਆ। ਪੈਸਾ ਤਾਂ ਅਸੀਂ ਉਹਦੇ ਜਾਣ ਤੋਂ ਦੂਜੇ ਦਿਨ ਦਿੱਤਾ ਜਾ ਕੇ। ਪੰਜਾਬ ਦੀ ਧਰਤੀ ਤੋਂ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਗੇ ਇੱਕ ਨੌਜਵਾਨ ਜੋ ਕਿ ਬੈਲਾਰੂਸ ਦੇ ਵਿੱਚ ਗੁਆਚਣ ਦੀ ਖਬਰ ਸਾਹਮਣੇ ਆਈ ਆ। ਮਾਪਿਆਂ ਨੇ ਕਿਵੇਂ ਤਰਲੇ ਕੱਢਦੇ ਫਿਰਦੇ ਆ, ਕਿਵੇਂ ਹਾੜੇ ਕੱਢਦੇ ਫਿਰਦੇ ਆ, ਉਹ ਦਿਖਾਵਾਂਗੇ। ਪਹਿਲਾਂ ਥੋੜ੍ਹੀ ਜਿਹੜਾ ਉਹਦੇ ਬਾਰੇ ਦੱਸ ਦੇਣਾ ਚਾਹੁੰਦੇ ਹਾਂ। ਪਿੰਡ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਸਿਉਂਟੀ ਦੇ ਕਰਨ ਸਿੰਘ, ਜੋ ਕਿ ਅੱਜ ਤੋਂ ਕੁਛ ਦਿਨ ਪਹਿਲਾਂ ਜਿਹੜਾ ਆ ਬਾਹਰ ਜਾਣ ਦੀ ਇੱਛਾ ਜ਼ਾਹਿਰ ਕਰਦੇ ਨੇ, ਮਾਪਿਆਂ ਨਾਲ ਗੱਲਬਾਤ ਕਰਦੇ ਨੇ, ਅਤੇ ਲੱਖ ਸਮਝਾਉਣ ਦੇ ਬਾਵਜੂਦ ਵੀ ਆਪਣੀ ਅੜੀ ਨੂੰ ਜਿਹੜਾ ਆ ਬਰਕਰਾਰ ਰੱਖਦੇ ਨੇ। ਜਦੋਂ ਏਜੰਟ ਨਾਲ ਗੱਲ ਕੀਤੀ ਜਾਂਦੀ ਆ ਅਤੇ ਏਜੰਟ ਜਿਹੜਾ ਆ ਉਹਨਾਂ ਨੂੰ ਬਾਹਰ ਜਿਹੜਾ ਆ ਲਿਜਾਣ ਦਾ ਝਾਂਸਾ ਦਿੰਦਾ ਆ, ਕਈ ਤਰ੍ਹਾਂ ਦੇ ਜਿਹੜੇ ਆ ਉਹਨਾਂ ਨੂੰ ਜਿਹੜਾ ਦੱਸਦਾ ਆ ਵੀ ਇਵੇਂ ਲੈ ਕੇ ਜਾਵਾਂਗੇ। ਪਰ ਅੱਜ ਜਦੋਂ ਖਬਰ ਆਉਂਦੀ ਆ ਕਿ ਬੈਲਾਰੂਸ ਦੀ ਧਰਤੀ ਦੇ ਉੱਤੇ ਬੈਲਾਰੂਸ ਦੇ ਜੰਗਲਾਂ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਛੱਡ ਦਿੱਤਾ ਗਿਆ, ਜਿੱਥੋਂ ਪੈਦਲ ਕਈ ਥਾਵਾਂ 'ਤੇ ਜਿਹੜਾ ਪੈਦਲ ਜਿਹੜਾ ਚੱਲਣਾ ਪਿਆ, ਕਾਫੀ ਦੂਰ ਤੱਕ ਜਿਹੜਾ ਭੁੱਖੇ ਨਪਾਣੇ ਜਿਹੜਾ ਭੁੱਖੇ ਢਿੱਡ ਜਿਹੜਾ ਚੱਲਣਾ ਪਿਆ, ਅਤੇ ਆਪਣੇ ਮਾਤਾ ਪਿਤਾ ਨੂੰ ਜਿਹੜਾ ਆ ਲਾਸਟ ਕਾਲ ਵੀ ਕਰਦਾ ਆ। ਕਾਲ ਜਿਵੇਂ ਕਿ ਤੁਹਾਨੂੰ ਸੁਣਾ ਵੀ ਦੇਵਾਂਗੇ ਇਸ ਖਬਰ ਦੇ ਵਿੱਚ ਵੀ ਕਿਵੇਂ ਤਰਲੇ ਕਰਦਾ ਆ ਵੀ ਮੈਨੂੰ ਜਿਹੜਾ ਆ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਮੁੜ ਵਾਪਸ ਲੈ ਕੇ ਆਓ। ਪਰ ਹਜੇ ਤੱਕ ਜਿਹੜਾ ਆ ਉਹਦਾ ਕੋਈ ਥੋ ਪਤਾ ਨਹੀਂ ਲੱਗਾ ਹੈਗਾ। ਮਾਪਿਆਂ ਨੇ ਜਿਹੜੀ ਆ ਰਿਪੋਰਟ ਵੀ ਲਿਖਾਈ ਆ, ਅਤੇ ਮਾਪੇ ਜਿਹੜੇ ਹਾੜੇ ਵੀ ਕੱਢਦੇ ਜਿਹੜੇ ਦਿਖਾਈ ਦੇ ਰਹੇ ਨੇ ਵੀ ਸਾਡੇ ਪੁੱਤ ਨੂੰ ਜਿਹੜਾ ਆ ਵਾਪਸ ਲਿਆਂਦਾ ਜਾਵੇ, ਪੰਜਾਬ ਦੀ ਧਰਤੀ 'ਤੇ ਲਿਆਂਦਾ ਜਾਵੇ, ਉਹਦੇ ਘਰ ਦੇ ਵਿੱਚ ਵਾਪਸ ਲਿਆਂਦਾ ਜਾਵੇ। ਸਿਉਂਟੀ ਪਿੰਡ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਆ ਇਸ ਵੇਲੇ। ਦੇਖ ਸਕਦੇ ਹੋ ਉਹਨਾਂ ਦੇ ਪੇਰੈਂਟਸ ਜਿਹੜੇ ਆ ਬੈਠੇ ਆ, ਨਾਲ ਭੈਣ ਆ, ਮਾਂ ਆ, ਰੋਂਦੀ ਦੇ ਹੰਝੂ ਨਹੀਂ ਰੁਕ ਰਹੇ। ਗੱਲਬਾਤ ਕਿਵੇਂ ਕਰਾਂਗੇ ਸ਼ਾਇਦ ਸਾਨੂੰ ਨਹੀਂ ਪਤਾ ਇਸ ਚੀਜ਼ ਬਾਰੇ, ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਫਾਦਰ ਤੋਂ ਹੀ ਆਪਾਂ ਗੱਲਬਾਤ ਸ਼ੁਰੂ ਕਰੀਏ। ਸਰ ਕੀ ਨਾਮ ਕੀ ਹੈ ਜੀ ਤੁਹਾਡਾ? ਰਘੁਨਾਥ ਸਿੰਘ। ਕਦੋਂ ਦੀ ਗੱਲ ਹੈ ਜੀ ਜਦੋਂ ਬੇਟਾ ਤੁਹਾਡਾ ਬਾਹਰ ਗਿਆ ਸੀਗਾ? ਬਾਹਰ ਗਿਆ 10 ਜਨਵਰੀ ਆ, ਜਨਵਰੀ 10 ਤਰੀਕ। ਕਿਹੜੇ ਦੇਸ਼ 'ਚ ਗਿਆ ਸੀਗਾ? ਸਪੇਨ। ਅੱਛਾ, ਤੇ ਸਪੇਨ ਗਿਆ ਸੀ ਅਤੇ ਫਿਰ ਬੈਲਾਰੂਸ ਦੇ ਜੰਗਲਾਂ 'ਚ ਕਿੱਦਾਂ ਪਹੁੰਚ ਗਿਆ? ਪੁੱਜਣੇ ਰਸਤੇ ਦੇ ਵਿੱਚ ਹੀ ਆ, ਉੱਥੇ ਨਹੀਂ ਪੁੱਜਾ ਜੇ। ਅੱਛਾ, ਨਹੀਂ ਹੁਣ ਕਿੱਥੇ ਹੈ, ਕਿੱਥੇ ਆ ਬੇਟਾ ਤੁਹਾਡਾ? ਬੈਲਾਰੂਸ। ਬੈਲਾਰੂਸ? ਹਾਂ, ਉਹ ਅੱਗੇ ਪੁੱਜਾ ਨੇ ਜੰਗਲ ਵਿੱਚ ਛੱਡਦੇ ਹੋ। ਅੱਛਾ, ਅੱਗੇ ਦੇ ਦਿੱਤੇ ਨੇ? ਨਹੀਂ, ਤੁਹਾਨੂੰ ਦੱਸ ਕੇ ਭੇਜਿਆ ਸੀ ਵੀ ਆਪਾਂ ਜੰਗਲਾਂ ਵਿੱਚੋਂ ਦੀ ਭੇਜਣਾ ਵਾ। ਨਾ ਨਾ, ਸਾਡੇ ਕੋਲ ਇੱਕ ਨੰਬਰ ਦੀ ਗੱਲ ਹੋਈ ਉਹਦੇ ਨਾਲ। ਕਿਹਦੇ ਨਾਲ ਗੱਲ ਹੋਈ? ਏਜੰਟ ਨਾਲ। ਕਿੱਥੋਂ ਦੇ ਏਜੰਟ ਉਹ?
ਜੰਟ ਭਵਿ ਸੈਮ ਅਖਵਾੜਾ ਦਾ ਹੈ, ਲੱਖੋਵਾਲ ਦਾ ਹੈ ਜਿਹੜਾ ਭਵਿੰਦਰ ਉਹ ਅਖਵਾੜਾ ਪਿੰਡ ਹੈ। ਕਿੰਨੀ ਦੇਰ ਹੋ ਗਈ ਹੁਣ ਬੱਚੇ ਨੂੰ ਜਿਹੜਾ ਗਏ ਨੂੰ? ਬੱਚੇ ਤਾਂ ਚਾਰ ਮਹੀਨੇ ਹੀ ਹੈ ਸਮਝੋ। ਅੱਛਾ, ਆਇਆ ਕੋਈ ਫੋਨ ਫਾਨ? ਆਇਆ ਫੋਨ ਲਾਸਟ 15 ਤਰੀਕ ਆਇਆ ਗਾ। ਕਿਹੜੀ 15 ਨੂੰ ਆਇਆ? ਮਾਰਚ ਦੀ 15 ਮਾਰਚ ਨੂੰ ਫੋਨ ਆਇਆ। ਤੇ ਉਸ ਤੋਂ ਬਾਅਦ ਉਹਨੂੰ ਦੱਸਿਆ ਮੁੜ ਕੇ ਕੋਈ ਤੁਹਾਡੇ ਨਾਲ ਸੰਪਰਕ ਹੋਇਆ ਉਹਦਾ, ਵੀ ਉਹ ਕਿੱਥੇ ਆ ਕਿੱਥੇ ਨਹੀਂ ਹੈਗਾ? ਨਾ, ਕੋਈ ਸੰਪਰਕ ਨਹੀਂ ਹੋਇਆ। ਉਹਦੇ ਬਾਅਦ ਕੋਈ ਗੱਲਬਾਤ ਨਹੀਂ ਹੋਈ। ਅਤੇ ਜਿੱਥੇ ਫਾਦਰ ਨਾਲ ਆਪਾਂ ਗੱਲਬਾਤ ਕੀਤੀ ਉੱਥੇ ਭੈਣ ਵੀ ਹੈਗੀ ਆ, ਨਾਲ ਮਦਰ ਵੀ ਹੈਗੇ ਨੇ, ਜਿਹੜੀਆਂ ਹਜੇ ਵੀ ਅੱਖਾਂ ਜਿਹੜੀਆਂ ਡੀਕਦੀਆਂ ਆਪਣੇ ਪੁੱਤ ਨੂੰ ਆਪਣੇ ਭਰਾ ਨੂੰ ਵੇਖਣ ਤਾਂ ਹੀ। ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਜ਼ਰੂਰ ਕਰਾਂਗੇ। ਭੈਣ ਕੀ ਨਾਂ ਕੀ ਹੈ ਤੇਰਾ? ਕੀ ਨਾਂ ਕੀ ਤੇਰੇ ਭਰਾ? ਕਰਨ ਠਾਕੁਰ। ਕਿੰਨਾ ਚਿਰ ਹੋ ਗਿਆ ਉਹਨੂੰ ਗਏ ਨੂੰ? 4 ਮੰਥ ਹੋ ਗਏ। ਗਿਆ ਕਿੱਥੇ ਸੀ? ਸਪੇਨ। ਕੀ ਗੱਲ ਕੀ ਹੋਈ? ਸਾਰੀ ਘਟਨਾ ਤੁਸੀਂ ਖੁੱਲ੍ਹ ਕੇ ਦੱਸੋ, ਕਿੱਦਾਂ ਗਿਆ ਸੀਗਾ, ਕਿਵੇਂ ਕੀ ਗੱਲਬਾਤ ਹੋਈ? ਜਦੋਂ ਘਰੋਂ ਗਿਆ ਸੀ ਦਿੱਲੀ, 14 ਲੱਖ ਰੁਪਇਆ ਲਿਆ ਸੀ ਅਤੇ ਫਿਰ ਅੱਗੇ ਉਹਨਾਂ ਨੇ ਦਿੱਲੀ ਤੋਂ ਦੁਬਈ ਭੇਜੇ, ਫਿਰ ਦੁਬਈ ਤੋਂ ਲਖਨਊ ਭੇਜੇ, ਫਿਰ ਲਖਨਊ ਤੋਂ ਉਹਨਾਂ ਨੇ ਬੱਸ 'ਚ ਬਿਠਾ, ਪਤਾ ਨਹੀਂ ਕਿੱਦਾਂ ਲਿਤਾ ਅੱਗੇ। ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਕਦੋਂ ਖਬਰ ਆਉਂਦੀ ਆ ਵੀ ਉਹ ਬੇਲਾਰੂਸ ਦੇ ਜੰਗਲਾਂ ਦੇ ਵਿੱਚ ਭਰਾ ਤੁਹਾਡਾ ਜਿਹੜਾ ਤੁਰਿਆ ਫਿਰਦਾ ਆ ਭੁੱਖੇ, ਕਦੋਂ ਖਬਰ ਆਉਂਦੀ ਹੈ ਇਹ? ਅਤੇ ਉਸ ਤੋਂ ਬਾਅਦ ਜਦੋਂ ਖਬਰ ਆਉਂਦੀ ਹੈ ਤਾਂ ਤੁਸੀਂ ਫਿਰ ਕੀ ਕਰਦੇ ਹੋ ਉਸ ਤੋਂ ਬਾਅਦ? 15 ਮਾਰਚ ਨੂੰ ਲਾਸਟ ਫੋਨ ਆਇਆ ਸੀ ਉਹਦਾ, ਕਿ ਉਹਨੇ ਦੱਸਿਆ ਕਿ ਸਾਨੂੰ ਬਰਫ਼ ਦੇ ਵਿੱਚੋਂ 2 ਕਿਲੋਮੀਟਰ ਦੱਸਿਆ ਅਤੇ 100 ਕਿਲੋਮੀਟਰ ਤੋਂ ਵੱਧ ਚਲਾਤਾ। ਉਹਦੇ ਬਾਅਦ ਫਿਰ ਉਹ ਬੋਲਦੇ ਕਿ 4 ਦਿਨ ਹੋ ਗਏ, ਕਿੰਨਾ ਰੋਟੀ ਪਾਣੀ ਦਿੱਤੀ ਸਾਨੂੰ। ਫਿਰ ਉਸ ਤੋਂ ਬਾਅਦ ਅਸੀਂ ਕਾਰਵਾਈ ਆਪਣੀ ਸ਼ੁਰੂ ਕਰਤੀ ਲੱਭਣ ਦੀ। ਮੁੜ ਕੇ ਕੋਈ ਸੰਪਰਕ ਨਹੀਂ ਹੋਇਆ ਉਹਨਾਂ? ਉਸ ਤੋਂ ਬਾਅਦ ਕੋਈ ਫੋਨ ਨਹੀਂ, ਕੋਈ ਕੁਛ ਨਹੀਂ ਆਇਆ। ਅਤੇ ਇੱਥੇ ਮਾਂ ਵੀ ਉਹ ਜਿਹੜੀ ਆ ਉਹ ਵੀ ਦੇਖ ਸਕਦੇ ਹੋ ਤੁਸੀਂ, ਮਾਂ ਵੀ ਅੱਜ ਹਾੜੇ ਤਰਲੇ ਕੱਢ ਰਹੀ ਆ, ਸਰਕਾਰ ਨੂੰ ਕਹਿ ਰਹੀ ਆ, ਪ੍ਰਸ਼ਾਸਨ ਨੂੰ ਕਹਿ ਰਹੀ ਆ ਵੀ ਪੁੱਤ ਨੂੰ ਮੇਰੇ ਨੂੰ ਜਿਹੜਾ ਜ਼ਰੂਰ ਵਾਪਸ ਲੈ ਕੇ ਆਉਂਦਾ ਜਾਵੇ। ਅਤੇ ਸ਼ਿਕਾਰ ਹੋਏ ਨੇ ਇੱਕ ਧੋਖੇ ਧੜੀ ਦੇ, ਮੈਂ ਉਸੀ ਕਦੀ ਨਹੀਂ ਭੁਲਾਵਾਂ। ਮੇਰੇ ਬੱਚਾ ਕੋਈ ਘਰ ਬਜਾਏ ਇੱਕ ਵਾਰੀ ਭਗਵਾਨ, ਮੈਂ ਕਦੀ ਨਹੀਂ ਭੁਲਾਵਾਂ ਉਸੀ ਬੰਦੇ ਕੇ ਜਿਹੜਾ ਮੇਰੇ ਬੱਚੇ ਘਰ ਪੁਜਾਏ ਕੁਤੇ। ਭਗਵਾਨ ਹੈ ਮੇਰੇ ਵਾਸਤੇ ਉਹ ਬੰਦਾ ਜਿਹੜਾ ਮੇਰੇ ਬੱਚੇ ਘਰ ਪੁਜਾਏ। ਹੇ ਭਗਵਾਨ, ਮੈਂ ਕਦੀ ਨਹੀਂ ਭੁਲਾਵਾਂ ਉਸੀ ਬੰਦੇ ਕੇ ਜਿਹੜਾ ਮੇਰੇ ਬੱਚੇ ਘਰ ਲਿਆਏ ਕੁਤੇ। ਹੇ ਭਗਵਾਨ, ਮੈਂ ਕਦੀ ਨਹੀਂ ਭੁਲਾਵਾਂ ਉਸੀ। ਮਾਤਾ ਕਦੋਂ ਦੀ ਕਦੋਂ ਗੱਲ ਹੋਈ ਸੀ ਤੁਹਾਡੀ, ਲਾਸਟ ਗੱਲ ਕਦੋਂ ਹੋਈ ਸੀ? 15 ਮਾਰਚ ਹੀ ਮੇਰਾ ਬੱਚਾ ਬੋਲਣਾ ਵੀ 5 ਦਿਨ ਹੋਏ ਜਿਹੜੇ ਭੁੱਖੇ ਤਰ੍ਹਾਂ ਆ, ਬਰਫ਼ 'ਚ ਚਲਾਈ ਆ ਦੇ ਜੰਗਲੇ 'ਚ ਸੁੱਟੀ ਤਾਂ ਦੱਸਾਂ ਕਿ ਨਹੀਂ ਕੋਈ ਪਤਾ ਤਾਂ ਨਹੀਂ ਕੋਈ ਸਦਾ ਲੱਗਾ ਦਾ ਇੱਥੇ ਕੱਲਿਆ ਕਿ ਭੇਜੀ ਤਾਂ ਅੱਗੇ। ਉਸ ਤੋਂ ਬਾਅਦ 'ਚ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਉਹਨਾਂ ਨੇ ਕੋਈ ਰੋਟੀ ਪਾਣੀ ਖਾਣ ਨੂੰ ਜਾਂ ਉਹਨਾਂ ਪਹਿਲਾਂ ਗੱਲ ਕੀਤੀ ਸੀ ਜੰਟਾਂ ਨੇ ਵੀ ਆਪਾਂ ਜਿਹੜਾ ਜੰਗਲਾਂ ਦਾ ਥਾਣੀ ਭੇਜਣਾ? ਨਹੀਂ, ਉਹਨਾਂ ਕੋਈ ਗੱਲ ਨਹੀਂ ਕੀਤੀ, ਇਹ ਬੋਲਿਆ ਵੀ ਅਸੀਂ 1 ਨੰਬਰ 'ਚ ਲੈਣੇ ਆ, 1 ਨੰਬਰ ਦੇ ਪੈਸੇ ਦਿਓ ਸਾਖੀ, 14 ਲੱਖ ਰੁਪਇਆ 1 ਨੰਬਰ 'ਚ ਲੈਣੇ ਆ ਬੱਚੇ, ਅਸੀਂ ਇਹ ਬੋਲਿਆ 1 ਨੰਬਰ 'ਚ ਲੈਣੇ ਆ। ਜੈਸਾ ਕਿ ਪਤਾ ਹੁੰਦਾ ਇਹਨਾਂ ਨੇ ਇੰਨਾ ਕਰਨਾ, ਅਸੀਂ ਘਰੋਂ ਨਹੀਂ ਭੇਜਦੇ ਬੱਚਿਆਂ ਕੀ ਆ, ਅਸੀਂ ਘਰੋਂ ਨਹੀਂ ਭੇਜਦੇ ਸਾਖੀ। 1.5 ਮਹੀਨਾ ਹੋਈ ਹੈ, 1 ਟੱਕ ਦਿਨ ਪਰ ਰਾਤ ਸਾਡੇ ਬਸ ਇੱਕ ਹੀ ਹੈ। ਹੇ ਭਗਵਾਨ, ਮੈਂ ਕਦੀ ਨਹੀਂ ਭੁਲਾਵਾਂ ਕੁਛ ਸਹੀ ਦੇਣਾ ਮੇਰੇ ਬੱਚੇ ਥੋਪੀ ਹੈ ਜੀ ਐਵੇਂ ਜੀ। ਮੈਂ ਕਦੀ ਜਦੋਂ ਬੱਚੇ ਤੁਹਾਡੇ ਨੇ ਬਾਹਰ ਜਾਣ ਦਾ ਤੁਹਾਡੇ ਕਿਹਾ ਵੀ ਮੈਂ ਬਾਹਰ ਜਾਣਾ ਆ, ਤੁਸੀਂ ਉਹਨੂੰ 14 ਲੱਖ ਰੁਪਇਆ ਬਾਹਰ ਜਾਣ ਤੇ ਭੇਜਿਆ, ਇੱਥੇ ਵੀ ਤਾਂ ਪੈਸੇ ਥੋੜੇ ਬਹੁਤ ਲਾ ਕੇ ਉਹਦਾ ਕਾਰੋਬਾਰ ਸੈੱਟ ਕਰ ਸਕਦੇ, ਕਿਉਂ ਨਹੀਂ ਇੱਦਾਂ ਕੀਤਾ? ਇਹਨਾਂ ਮੋਏ ਨੇ ਪਤਾ ਨਹੀਂ ਕਿਹੜੇ ਘੇਰੇ 'ਚ ਪਾਏ ਬੱਚੇ, ਇਹਨਾਂ ਨੇ ਜੰਟਾਂ ਨੇ ਮੋਏ ਨੇ ਪਤਾ ਨਹੀਂ ਕਿਹੜੇ ਘੇਰੇ 'ਚ ਬੱਚੇ ਪਾਏ, ਤੇ ਬੱਚਿਆਂ ਦੇ ਪੈਰ ਹੀ ਚੁੱਕ ਲਏ, ਬੱਚਿਆਂ ਦੇ ਪੈਰ ਚੁੱਕ ਲਏ ਇਹਨਾਂ ਨੇ ਕਿ ਪੈਸੇ ਦਿਓ ਤੁਸੀਂ, ਅਸੀਂ 1 ਨੰਬਰ 'ਚ ਭੇਜਣੇ ਆ, ਕੋਈ ਪਤਾ ਨਹੀਂ ਇਹਨਾਂ ਲੱਗਿਆ ਇਹਨਾਂ ਨੇ ਕਿਹੜੇ ਘੇਰੇ 'ਚ ਬੱਚੇ ਪਾਲੇ। ਜਦੋਂ ਲਾਸਟ ਫੋਨ ਆਇਆ ਤਾਂ ਕੀ ਕਿਹਾ ਪੁੱਤ ਨੇ ਤੁਹਾਡੇ? ਉਹਨਾਂ ਨੇ ਇਹੀ ਕਿਹਾ, ਮੰਮੀ 2 ਕਿਲੋਮੀਟਰ ਦੱਸਿਆ ਪੈਦਲ ਤੇ 100 ਕਿਲੋਮੀਟਰ ਚਲਾ ਰਿਹਾ ਸਾਖੀ ਬਰਫ਼ 'ਚ, ਤੇ ਉਧਰੋਂ ਜੰਗਲੇ 'ਚ ਨਹੀਂ ਸਾਖੀ ਰੋਟੀ ਤਾਂ ਨਹੀਂ ਪਾਣੀ, ਅਸੀਂ ਭੁੱਖੇ ਤਰੇ ਆ ਮਰਾ ਰਹੇ ਤੇ ਜੰਗਲੇ 'ਚ, ਕਿੰਨਾ ਉੱਪਰੋਂ ਬਾਰਡਰ ਉੱਪਰ ਪੁੱਜੇ ਆ ਤਾਂ ਉੱਥੇ ਪੁਲਿਸ ਮਾਰਾ ਪਵਾ ਦੀ ਹੈ ਜੰਗਲੇ 'ਚ ਹੀ ਹੈ, ਫਿਰ ਨਾ ਲਾਦਾ ਸਾਖੀ ਆ, ਨਹੀਂ ਕੋਈ ਕਰਨੇ ਤਾਂ ਨਹੀਂ ਕੁਛ, ਇਕੱਲੇ ਹੀ ਸਾਖੀ ਜੰਗਲੇ 'ਚ ਸੁੱਟੀੜਦਾ ਆ। ਹੋਰ ਵੀ ਨਾਂ ਸੀਗਾ ਕੋਈ, ਮੈਂ ਵੀ ਆਡੀਓ ਤੁਹਾਡੀ ਸੁਣੀ ਆ, ਉਹ ਇੱਕ ਹੋਰ ਲੜਕਾ ਵਿੱਚ ਬੋਲਦਾ ਪਿਆ ਸੀਗਾ, ਉਹ ਕਿੱਥੋਂ ਦਾ ਸੀਗਾ? ਕਿੱਬੜੀ ਦਾ ਮੁੰਡਾ। ਉਹਦੇ ਨਾਲ ਦੁਬਾਰਾ ਕੋਈ ਗੱਲਬਾਤ ਹੋਈ ਹੈ ਵੀ ਭਾਜੀ ਵੀ ਸਾਡਾ ਭਰਾ? ਹਾਂਜੀ ਹੋਈ ਸੀ, ਥੋੜੇ ਦਿਨ ਪਹਿਲੇ ਕੀਤਾ ਸੀ ਮੈਂ ਫੋਨ, ਤੇ ਉਹ ਬੋਲਦਾ ਕਿ ਜੰਗਲ 'ਚ ਪਿੱਛੇ ਰਹਿ ਗਏ ਦਾ ਉਹ। ਹਾਂਜੀ ਇਹੀ ਬੋਲਿਆ, ਉਹਦੇ ਕੋਲ ਤਰੋਏ ਨਹੀਂ ਜਾਏ ਕਰਦਾ, ਉਹ ਜੰਗਲ 'ਚ ਰਿਹਾ ਪਿੱਛੇ ਸਾਡੇ ਕੋਲ, ਅਸੀਂ ਅੱਗੇ ਆਈਏ, ਬਸ ਇਹ ਗੱਲ ਹੋਈ ਉਹਦੇ ਕੰਨੇ ਵੀ। ਹਾਂ ਫੋਨ ਕਰੇ ਅੱਗੇ ਨਹੀਂ ਬਾਪੂ ਨਾ ਹੋਣਾ ਜੀ ਉਹ ਕਰ। ਨਹੀਂ ਨਹੀਂ ਰੋ ਮਤ ਤੂੰ, ਮੈਂ ਜੰਟ ਕੀ ਕਰਨੀ ਫੋਨ, ਜੰਟ ਨੂੰ ਕੀ ਕਰਨਾ ਨਹੀਂ
वापस कर लियो कोई गल नहीं हेलो सोनू कार का नाम किया अंकी हाँ सोनू किया की गंदे की वे हेलो यार बड़ा चल रहा है 100 किलोमीटर चल गया 100 किलोमीटर कर दी बर्फ उस वापस आ गए तो ये बर्फ हाँ याद है बर्फ 100 किलोमीटर था 100 किलोमीटर वही 100 किलोमीटर चल गए 2-3 दिन चल गए तो क्यों यार वापस आयो ना जिथे गड्डी टैक्सी लगी तो वापस आयो मैं एजेंट ना गल करदा मैं उन्ना भुखे तो 4 दिन दे यार चल ठीक है चल जा मैं कोई नहीं मैं बोल नहीं एजेंट की बोलनी है मैं करनी है रात को ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਤੇ ਇਹੀ ਬੋਲਣੀ ਆ ਭਗਵਾਨ ਸਾਡੇ ਬੱਚੇ ਦੇ ਘਰ ਪੁਜਾਈ ਰਹੇ ਸਰਕਾਰ ਇੰਨੀ ਬੜੀ ਮਿਹਰਬਾਨੀ ਆ ਸਾਡੇ ਤਾਂ ਅਸੀਂ ਕਦੀ ਨਹੀਂ ਭੁਲਾਈਏ ਭਗਵਾਨ ਸਾਡੇ ਬੱਚੇ ਦੇ ਘਰ ਪੁਜਾਈ ਰਹੇ ਕੋਈ ਹੈ ਭਗਵਾਨ ਇਹੀ ਬੇਨਤੀ ਆ ਸਾਡੀ ਬੱਚੇ ਦੇ ਘਰ ਪੁਜਾਈ ਰਹੇ ਕੋਈ ਸਾਡੇ ਕੀ ਆ ਇਹੀ ਬੇਨਤੀ ਆ ਸਾਡੀ ਸਰਕਾਰ ਅੱਗੇ ਤਾਂ ਇੱਥੋਂ ਦੇ ਸਰਪੰਚ ਜਿਹੜੇ ਨੇ ਮੌਜੂਦਾ ਵੀ ਸਾਡੇ ਨਾਲ ਮੌਜੂਦ ਆ ਅਤੇ ਸਾਬਕਾ ਸਰਪੰਚ ਜਿਹੜੇ ਉਹ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਰੀ ਕਿਉਂਕਿ ਮਾਪਿਆਂ ਨਾਲ ਇਸ ਵੇਲੇ ਗੱਲ ਕਰਨੀ ਜਿਹੜੀ ਆ ਬਹੁਤ ਔਖੀ ਆ ਕਿਉਂਕਿ ਮਾਂ ਜਿਹੜੀ ਆ ਭੈਣ ਜਿਹੜੀ ਆ ਉਹ ਆਪਣੇ ਭਰਾ ਨੂੰ ਉਡੀਕ ਰਹੀ ਆ ਮਾਂ ਜਿਹੜੀ ਆਪਣੇ ਪੁੱਤ ਨੂੰ ਉਡੀਕ ਰਹੀ ਆ ਪਰ ਇੱਥੋਂ ਦੇ ਸਰਪੰਚ ਜਿਹੜੇ ਉਹ ਵੀ ਸਾਡੇ ਨਾਲ ਮੌਜੂਦ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਜਨਾਬ ਕਦੋਂ ਦੀ ਗੱਲ ਹੈ ਇਹ ਜਦੋਂ ਇਹ ਬਾਹਰ ਗਏ ਸੀ 10 ਜਨਵਰੀ ਦੀ ਗੱਲ ਹੈਗੀ ਹੈ ਮੈਂ ਪਿੰਡ ਤੋਂ ਬੋਲਦਾ ਅਸ਼ੋਕ ਕੁਮਾਰ ਪ੍ਰਧਾਨ ਸਮਿਤੀ ਤੋਂ ਅਕਸ ਸਰਪੰਚ ਅਤੇ ਆਪਣਾ 10 ਜਨਵਰੀ ਨੂੰ ਮੇਰਾ ਬੇਟਾ ਵੀ ਅਸ਼ਵਨੀ ਕੁਮਾਰ ਅਤੇ ਨਾਲ ਇਹ ਕਰਨ ਠਾਕਰ ਅਤੇ ਮੇਰੇ ਸਿਉਟੀ ਪਿੰਡ ਦੇ ਵਿੱਚੋਂ ਗਏ ਹੈ ਇਹਨਾਂ ਨੇ ਆਪਣਾ ਅਖਵਾੜਾ ਪਿੰਡ ਦਾ ਇੱਕ ਭੁਪਿੰਦਰ ਕੁਮਾਰ ਏਜੰਟ ਹੈ ਅਤੇ ਇਹਦੇ ਕਰਨ ਠਾਕਰ ਦੇ ਰਿਸ਼ਤੇਦਾਰਾਂ ਦੀ ਉੱਥੇ ਜ਼ਮੀਨ ਸੀਗੀ ਇਹ ਉੱਥੇ ਗਏ ਸੀ ਉੱਧਰ ਪੈਲੀ ਦੇ ਵਿੱਚ ਇੱਕ ਮਿੰਟ ਇਹ ਤੁਹਾਡਾ ਵੀ ਬੇਟਾ ਨਾਲ ਹੀ ਬੇਟਾ ਮੇਰਾ ਬੇਟਾ ਵੀ ਨਾਲ ਸੀਗਾ ਅਤੇ ਇਹ 10 ਜਨਵਰੀ ਨੂੰ ਇੱਥੋਂ ਗਏ ਹੈ ਅਤੇ ਸਾਨੂੰ ਫਿਰ ਇਹਨਾਂ ਨੇ ਬੇਟੇ ਨੇ ਫੋਨ ਕਰਤਾ ਵੀ ਆਪਣਾ ਤੁਸੀਂ ਜਾਓ ਤੁਸੀਂ ਆਪਣਾ ਪੇਮੈਂਟ ਦਿਓ ਜਾ ਕੇ ਆਪਣਾ ਏਜੰਟਾਂ ਨੂੰ ਪੇਮੈਂਟ ਦੇ ਦਿਓ ਜਾ ਕੇ 14-14 ਲੱਖ ਰੁਪਇਆ ਕੀਤਾ ਹੈਗਾ ਅਤੇ ਤੁਸੀਂ ਪੇਮੈਂਟ ਦਿਓ ਅਤੇ ਮੈਂ ਵੀ ਨਾਲ ਗਿਆ ਮੇਰੇ ਨਾਲ ਮੇਰਾ ਬੇਟਾ ਗਿਆ ਗੱਡੀ ਲੈ ਕੇ ਇੱਕ ਮੇਰਾ ਹੋਰ ਦੋਸਤ ਸੀ ਉਹ ਬਾਹਰ ਚਲ ਗਿਆ ਦਾ ਅਤੇ ਇੱਕ ਇਹਨਾਂ ਦਾ ਫੁੱਫੜ ਸੀ ਕਰਨ ਠਾਕਰ ਦਾ ਉਹ ਵੀ ਨਾਲ ਗਿਆ ਅਸੀਂ ਬੈਗ 'ਚ ਪੈਸੇ ਪਾਏ ਦੇ ਸੀ ਅਤੇ ਭੁਪਿੰਦਰ ਕੁਮਾਰ ਦੇ ਗਏ ਪਹਿਲਾਂ ਘਰ ਅਤੇ ਭੁਪਿੰਦਰ ਕੁਮਾਰ ਦੇ ਫਿਰ ਉੱਥੋਂ ਨਾਲ ਲਿਆ ਅਤੇ ਉਹਦੇ ਮਾਤਾ ਪਿਤਾ ਕਹਿਣ ਲੱਗੇ ਭੁਪਿੰਦਰ ਕੁਮਾਰ ਦੇ ਅਤੇ ਕੋਈ ਚਿੰਤਾ ਨਾ ਤੁਸੀਂ ਕਰੋ ਪੈਸੇ ਦਿਓ ਅਗਰ ਜੇ ਤੁਹਾਡੇ ਨਾਲ ਕੋਈ ਠੱਗੀ ਹੋਏਗੀ ਅਸੀਂ ਖੁਦ ਜ਼ਿੰਮੇਵਾਰ ਹੈ ਅਤੇ ਫਿਰ ਭੁਪਿੰਦਰ ਕੁਮਾਰ ਨੇ ਸਾਨੂੰ ਲੈ ਕੇ ਗੁਰਦਾਸਪੁਰ ਲੈ ਗਿਆ ਗੁਰਦਾਸਪੁਰ ਸੈਮ ਲੱਖੋਵਾਲ ਪਿੰਡ ਦਾ ਹੈ ਗੁਰਦਾਸਪੁਰ ਡਿਸਟ੍ਰਿਕਟ ਦਾ ਉਹਦੇ ਘਰ ਲੈ ਗਿਆ ਅਤੇ ਉੱਥੇ ਜਾ ਕੇ ਫਿਰ ਪੇਮੈਂਟ ਜਿਹੜੀ ਹੈ ਅਸੀਂ ਟੇਬਲ 'ਤੇ ਰੱਖਤੀ ਟੇਬਲ 'ਤੇ ਪੇਮੈਂਟ ਰੱਖਤੀ ਤਾਂ ਉਹ ਇੱਕ ਉਹਦਾ ਫਾਦਰ ਸੈਮ ਦਾ ਫਾਦਰ ਜਿਹੜਾ ਹੈ ਲੱਖੋਵਾਲ ਦਾ ਉਹਨੇ ਵੀ ਪੈਸੇ ਗਿਣੇ ਅਤੇ ਭੁਪਿੰਦਰ ਕੁਮਾਰ ਵੀ ਪੈਸੇ ਗਿਣ ਰਿਹਾ ਸੀ ਅਸੀਂ ਵੀਡੀਓ ਵੀ ਬਣਾਈ ਸੀ ਥੋੜ੍ਹੀ ਜਿਹੀ ਅਤੇ ਉਹ ਆਪਾਂ ਫਿਰ ਉੱਥੇ ਪੈਸੇ ਦੇ ਕੇ ਵਾਪਸ ਆ ਗਏ ਸੀ ਅਤੇ ਕਹਿਣ ਲੱਗੇ ਤੁਸੀਂ ਚਿੰਤਾ ਮਤ ਕਰੋ ਬੱਚੇ ਤੁਹਾਡੇ ਜਿਹੜੇ ਆ ਅਸੀਂ ਪਹਿਲਾਂ ਵੀ ਭਜਾਏ ਆ ਅਤੇ ਅਸੀਂ ਇਹ ਬੱਚੇ ਵੀ ਤੁਹਾਡੇ ਭਜਾਵਾਂਗੇ ਮੈਂ ਕਿਹਾ ਦੇਖ ਲਿਓ ਅਸੀਂ ਪੈਸੇ ਬੜੇ ਚੁੱਕ ਚੱਕ ਕਿੰਨੇ ਕਿੰਨੇ ਪੈਸੇ ਦਿੱਤੇ ਸੀ 14-14 ਲੱਖ ਰੁਪਇਆ ਦਿੱਤਾ ਸੀ 14 ਕਰਨ ਠਾਕਰ ਦਾ ਦਿੱਤਾ ਸੀ ਰਘੁਨਾਥ ਨੇ ਉਹਨਾਂ ਦੇ ਫੁੱਫੜ ਨੇ ਦਿੱਤਾ ਸੀ ਅਤੇ ਮੈਂ ਆਪਣੇ ਬੇਟੇ ਅਸ਼ਵਨੀ ਕੁਮਾਰ ਦਾ ਵੀ 14 ਲੱਖ ਰੁਪਇਆ ਦਿੱਤਾ ਸੀ ਤੁਹਾਡਾ ਬੇਟਾ ਹੁਣ ਆ ਗਿਆ ਅਤੇ ਮੇਰਾ ਬੇਟਾ ਵੀ ਫਿਰ ਆਪਣਾ ਇੱਕ ਜਦੋਂ ਇਹ 15 ਮਾਰਚ ਦੀ ਗੱਲ ਹੈਗੀ ਜਿਹੜੀ ਮੇਰਾ ਬੇਟਾ ਵੀ ਉਦੋਂ ਨਾਲ ਸੀਗਾ ਇਹ ਥੋੜ੍ਹੇ ਅੱਗੇ ਪਿੱਛੇ ਚੱਲ ਰਹੇ ਸੀ ਕਿਉਂਕਿ ਬਰਫ਼ ਦਾ ਟਾਈਮ ਸੀ ਉੱਥੇ ਬੈਲਾਰੂਸ ਜੰਗਲ ਦੇ ਵਿੱਚ ਅਤੇ ਇਹ ਫਿਰ ਅੱਗੇ ਪਿੱਛੇ ਤੁਰਦੇ ਮਤਲਬ ਜਦੋਂ ਆਰਮੀ 'ਚ ਕੈਂਪ 'ਚ ਜਾਂਦੇ ਸੀ ਖਾਣ ਨੂੰ ਕੁਛ ਮਿਲਦਾ ਹੀ ਨਹੀਂ ਜੰਗਲਾਂ ਦੇ ਵਿੱਚ ਭੁੱਖੇ ਭਾਣੇ ਆਰਮੀ ਕੋਲੋਂ ਜਾਂਦੇ ਸੀ ਵੀ ਕੁਛ ਸਾਨੂੰ ਮਿਲ ਜਾਏ ਖਾਣ ਵਾਸਤੇ ਕੁਛ ਕੋਈ ਬ੍ਰੈਡ ਬਰੂ ਦਿੰਦੇ ਸੀ ਉਹ ਫਿਰ ਰਾਤ ਨੂੰ ਦੁਬਾਰਾ ਜੰਗਲਾਂ ਦੇ ਵਿੱਚ ਛੱਡ ਦਿੰਦੇ ਸੀ ਇੱਕ ਦੋ ਵਾਰ ਇਸ ਤਰ੍ਹਾਂ ਹੁੰਦਾ ਰਿਹਾ ਫਿਰ ਇੱਕ ਦਿਨ ਲਾਸਟ ਕਿਤੇ ਦੁਬਾਰਾ ਚੁੱਕ ਕੇ ਜੰਗਲ 'ਚ ਛੁੱਟਤਾ ਅਤੇ ਜੰਗਲ ਦੇ ਵਿੱਚ ਉਹ ਬੱਚਾ ਕਿਤੇ ਪਿੱਛੇ ਰਹਿ ਗਿਆ ਉਹਦੇ ਕੋਲ ਤੁਰਿਆ ਨਹੀਂ ਗਿਆ ਪਤਾ ਨਹੀਂ ਇਹੋ ਜੋ ਮੈਨੂੰ ਉਹਨੇ ਬਿਕਰਮ ਤਿਬੜੀ ਵਾਲਾ ਜਿਹੜਾ ਉਹਨੇ ਮੈਨੂੰ ਦੱਸਿਆ ਉਹਨਾਂ ਦੇ ਅਸੀਂ ਘਰ ਗਏ ਸੀ
तो फिर पिछे रह गया बच्चा कितने, वह कोई पता नहीं। मेरा बेटा जोड़ा है वो इस वेले अपना लतीविया कैंप के कस्टडी के उत्थे उदे पैर खराब हो गए थे ही, उन्होंने आर्मी ने चुक के उन्होंने होस्पिटल एडमिट करवाया, वह जो पैर खराब हो गए थे ही बर्फ के नाल, तो उन्होंने पैरों का ट्रीटमेंट चल रहा। उदे नाल एक अपना प्रभजोत मुंडा है वो बटाले का है, वह भी उदे नाल ही उदा भी ट्रीटमेंट चल रहा है, इस वे लतीविया कैंप के है। तो असी अपना पंजाब सरकार और सेंटर सरकार अगे यही बेनती करते हैं कि साड़ी जी मंग है, ये जरा करण ठाकरे ये लभ नहीं रहा अज तक, 15 जनवरी तो बाद कोई भी गल नहीं हुई घर, तो असं मंग करते हैं पिंड के सारे कि ये सेंटर सरकार तक साड़ी आवाज़ पहुँचाई जाए, तो जो अगे बेलारूस की जी सरकार है उन्होंने नाल गलबात पहुँचाई जाए, क्योंकि बच्चा जरा करण ठाकरा है ये कि जंगलों के बच्चे है जां कि कैंप के है जां होस्पिटल है, उन्होंने होस्पिटलों की तलाश की जाए भी कि एडमिट तो नहीं है। असं इन्ना ही मैं कहता हुआ बेनती करदा भी जनाब साडा बच्चा जड़ा है करण ठाकर ते जड़ा अश्विनी है ये तो लतीविया कैंप के हो सकता, असी मेल भी पाई है अपनी मेल जी अंबैसी जी इंडियन अंबैसी है उन्होंने मेल भी भेजी है, अपना जड़ा अपना सनी देओल का पीए है उन्हें मेल पाई है, दो मेलां पाई हैं, जवाब भी आ गए है कि बच्चा साढ़े कोल है जड़ा अश्विनी है तो एक दूजा प्रभजोत, पर साडा जड़ा करण ठाकरे नहीं लभ रहे, अगर गुजारिश कर रहे सरकार अगे इन्हों लभ जाए। जदों जदों बच्चों ने कहा भी असी बाहर जाना है ते उन्होंने तो तुम मतलब ता कोई रिएक्शन नहीं भी यार भैया इन्ना पैसा ला के जो असी जनाब असी बिल्कुल नहीं भेजते, असी मना करते ही, मेरा अपना टेंट हाउस है उन्होंने टेंट हाउस पा के दिता ही, असी क्या असी तेन बिल्कुल नहीं भेजना अश्विनी कुमार को, मैं क्या मैं नहीं भेजना ना मैं पैसा देना, लेकिन पता नहीं उन्होंने एजेंटा ने कि इन्होंने ज खिलाया ही ज कोई चीज़ दी थी, उन्होंने ऐसे पैर चुके थे उन्होंने, बच्चे मनते नहीं है करो लड़ाई करते ही कहते असी जाना ही जाना सानू पैसे दियो, सानू मजबूर हो के फिर मतलब उन्होंने पैसा देने पे, पैसा तो असं उन्हें जाने तो दूजे दिन दिता जाके वो 10 जनवरी घरों चल गए है, असी 11 जनवरी गुरदासपुर जाके पेमेंट जी उन्होंने घर दी है, उस तो बाद पेमेंट लै गई है तो एजेंटा ने जो उन्होंने जंगलों में फसा दिता, कोई साडा फोन चुकना बंद करता जो जंगलों के फस गए न, किसी एजेंट ने साडा ना असैम अपना ना ही भुपिंदर कुमार ने साडा फोन चुकना, अपना भी बंद करता मिलना ही नहीं फोन, तो सैम का भी कोई फोन नहीं, हूँ जी असी उस तो बाद अपनी जी कंप्लेन है SSP गुरदासपुर की है तो उत्थे साडी कार्रवाई जी चल रही है, सैम जिहड़ा एजेंट है वो पुलिस ने अपनी कस्टडी के लै लेता है, वो बयानबाजी दे रहा है कि कोई नहीं मैनू थोड़ा टाइम दियो, मैं बच्चे की जी भुपिंदर करण ठाकर की जी मैं गल करवाना, वो दो दो चार चार दिन का टाइम लैके ये है भी DSP जरा कल हो उन्होंने सानू विश्वास दिखाया है कि तुम चिंता मत करो असं तुहाडे नाल हैं, तुहानू किसी चीज़ की भी जरूरत है असं तुहानू दिंदे हां, लेकिन इन्हां ते जे नहीं लभ के दिंदे बच्चा तां असीं परचा देंगे। तो कि एजेंट एक ही फड़वाया जां दो? नहीं एजेंट एक फड़वाया है सैम जरा है की सुनेहा आ उन्होंने नौजवानों जोड़े यही काम जरा घर करते मापियां जोड़ा आ बेबस कर देंगे बाहर जाने के लिए जोड़ा आ तंग करते भी असं बाहर ही जाना है उन्होंने अगे हालात खड़े हो जाते कि उन्होंने सुनेहा की असं यही चाहते भी इन्होंने एजेंटा के खिलाफ जी सा जरा इन्हों रुपया 14-14 लाख रुपया अं किस तरह पैसा तैयार किया और बच्चे साढ़े जंगलों के फसे थे और एक लभ नहीं रहा खिलाफ कार्रवाई की जाए फिर हूँ बच्चों लिए की सुनेहा जे मापियां जरा घर इदा बेबस कर देंगे पैसे देना बच्चों भी सुधरना चाहिए या मतलब जरा योजा मतलब गलत जरा दो नंबर के नहीं जाना चाहिए अगर जो कहते लेकिन उन्होंने ये भी तुम्हें एक नंबर के असं भेजा ये उन्होंने किया जो हूँ उतो फ्लैट रशिया की करवाई है रशिया तो बाद दो नंबर च गड्डियां बिठा के लै गए ना कि जंगलों सुट्टता जाके ये सानू भी नहीं दस्या तो ना ही बच्चों दस्या पे असं दो नंबर च लीना अगर जो दसते पे अं दो नंबर च अगे लीना असं बच्चे अं भी मजबूर नहीं होना पैसे देने वास्ते अं पैसे नहीं देने है फिर असं नहीं भेजना मैं इन्ना ही कहता हुआ पंजाब सरकार अगे और सेंटर सरकार अगे बेनती करना कि करण ठाकर जोड़ा बच्चा है इनू उन्होंने सरकार के नाल मिल के कैंपा के होस्पिटलों के लभ्या जाए हो सकता कितने होस्पिटल एडमिट होए हालात खराब न बर्फ के कारण पैर खराब होए एडमिट ना हो तो बच्चे की गल कराई जाए अगर जे बहुत बहुत मेहरबानी धन्यवाद। तो ये करण ठाकुर का परिवार और इतों के सरपंच जिन्होंने आप गलबात की है उन्होंने सरपंच जोड़ा सबका सरपंच है उन्होंने आपका बेटा भी जोड़ा बहर गया जोड़ा हजे तक तो वह भी नहीं घर पहुँचा है पर करण ठाकर जो कि बेलारूस के जंगलों के गुआचा आया वो हले तक जी कोई जी खबर नहीं आई हैगी होने की ज ना होने की तो मापे जड़े आ अपने पुत जोड़ा उड़ीकते पे आ अखों के हंझू आ बुरे हाल आ सरकार अगे जरा तरले मिन्नत कर रहे हैं कि साढ़े पुत जो लभ्या जाए तो घर जो वापस पहुँचाया जाए देखते हैं सरकार कितनी जल्दी जी है इस चीज़ के उत्ते एक्शन लेंदी आ
ਤੇ ਇਸ ਬੱਚੇ ਨੂੰ ਜਿਹੜਾ ਆ ਇਹਦੇ ਘਰ ਭੇਜਦੀ ਆ। ਪਰ ਉਸ ਬੱਚਿਆਂ ਨੂੰ ਵੀ ਜਿਹੜਾ ਆ ਖਾਸ ਸੁਨੇਹਾ ਆ, ਜਿਹੜੇ ਆਪਣੇ ਮਾਪਿਆਂ ਨੂੰ ਜਿਹੜਾ ਤੰਗ ਕਰਦੇ ਆ, ਪਰੇਸ਼ਾਨ ਕਰਦੇ ਆ, ਬੇਵਸ ਕਰ ਦਿੰਦੇ ਆ ਵੀ ਅਸੀਂ ਜਿਹੜਾ ਬਾਹਰ ਹੀ ਜਾਣਾ ਆ, ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਵੀ ਕੰਮ ਹੈਗੇ, ਜੇ ਅਗਰ ਤੁਸੀਂ ਇੱਥੇ ਕਰਨਾ ਚਾਹੋ ਬਹੁਤ ਕੰਮ ਹੈ। ਪਰ ਜਦੋਂ ਬੇਵਸ ਕਰਕੇ ਆਪਣੇ ਤੁਸੀਂ ਮਾਪਿਆਂ ਨੂੰ ਬਾਹਰ ਜਾਂਦੇ ਹੋ ਤੇ ਹਾਲਾਤ ਜਿਹੜੇ ਆ ਕੁਛ ਇਦਾਂ ਦੇ ਵੀ ਜਿਹੜੇ ਹੋ ਸਕਦੇ ਨੇ ਜਿਨ੍ਹਾਂ ਕੋਲੋਂ ਸ਼ਾਇਦ ਅਸੀਂ ਜਿਹੜੇ ਆ ਬੇਖਬਰ ਹੋਈਏ। ਕੈਮਰਾ ਪਰਸਨ ਰਾਹੁਲ ਦੇ ਨਾਲ ਮੈਂ ਪ੍ਰਦੀਪ ਸਿੰਘ ਕਰੜਾ, ਰੋਜ਼ਾਨਾ ਸਪੋਕਸਮੈਨ ਟੀਵੀ, ਪਠਾਨਕੋਟ।